ਗੁਰੂ ਘਰ ਤੋਂ ਮੱਥਾ ਟੇਕ ਕੇ ਜਾ ਰਹੇ ਇੱਕ ਬਾਈਕ ਸਵਾਰ ਨੌਜਵਾਨ ਨੂੰ ਕਾਰ ਨੇ ਟੱਕਰ ਮਾਰ ਦਿੱਤੀ, ਜਿਸ ਤੋਂ ਬਾਅਦ ਕਾਰ ਚਾਲਕ ਕਾਰ ਲੈ ਕੇ ਮੌਕੇ ਤੋਂ ਫਰਾਰ ਹੋ ਗਿਆ ਤੇ ਘਟਨਾ ਸੀਸੀਟੀਵੀ ਦੇ ਵਿੱਚ ਵੀ ਕੈਦ ਹੋਈ ਹੈ। ਤਸਵੀਰਾਂ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਇੱਕ ਕਾਰ ਜੋ ਹੈ ਜਦੋਂ ਸੜਕ 'ਤੇ ਨਿਕਲਦੀ ਹੈ ਅਤੇ ਉਸ ਦੇ ਨਾਲ ਹੀ ਇੱਕ ਬਾਈਕ ਵੀ ਘਿਸੜਦਾ ਨਜ਼ਰ ਆ ਰਿਹਾ ਅਤੇ ਇਸ ਹਾਦਸੇ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਇੱਕ ਸ਼ਖਸ ਗੰਭੀਰ ਰੂਪ ਨਾਲ ਜ਼ਖਮੀ ਹੋਇਆ ਅਤੇ ਉਸਨੂੰ ਇਲਾਜ ਦੇ ਲਈ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਤਾਂ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ, ਜਿੱਥੇ ਕਿ ਇੱਕ ਸ਼ਖਸ ਜਦੋਂ ਗੁਰੂ ਘਰ ਤੋਂ ਮੱਥਾ ਟੇਕ ਕੇ ਆਪਣੇ ਬਾਈਕ ਦੇ ਉੱਤੇ ਸਵਾਰ ਹੋ ਕੇ ਜਾ ਰਿਹਾ ਸੀ ਤਾਂ ਇੱਕ ਪਿੱਛੋਂ ਦੀ ਆ ਰਹੀ ਤੇਜ਼ ਰਫ਼ਤਾਰ ਕਾਰ ਨੇ ਉਸਨੂੰ ਟੱਕਰ ਮਾਰ ਦਿੱਤੀ, ਜਿਸ ਤੋਂ ਬਾਅਦ ਜੋ ਨੌਜਵਾਨ ਸੀ ਉਹ ਸੜਕ ਦੇ ਉੱਤੇ ਡਿੱਗ ਗਿਆ ਅਤੇ ਉਸਦੇ ਗੰਭੀਰ ਸੱਟਾਂ ਲੱਗੀਆਂ ਨੇ ਅਤੇ ਉਸਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਤਾਂ ਦੱਸ ਦਈਏ ਕਿ ਹਾਦਸੇ ਦੀਆਂ ਬੇਹੱਦ ਖੌਫਨਾਕ ਤਸਵੀਰਾਂ ਕੈਮਰੇ ਦੇ ਵਿੱਚ ਵੀ ਕੈਦ ਹੋਈਆਂ ਨੇ, ਜਿਸ ਤੋਂ ਸਾਫ਼ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਹਾਦਸਾ ਕਿੰਨਾ ਭਿਆਨਕ ਰਿਹਾ ਹੋਵੇਗਾ। ਹਾਲਾਂਕਿ ਕਿਹਾ ਜਾ ਰਿਹਾ ਕਿ ਜਿਸ ਸ਼ਖਸ ਦੇ ਸੱਟਾਂ ਲੱਗੀਆਂ ਨੇ ਉਸਨੇ ਹੁਣ ਪੁਲਿਸ ਦੇ ਕੋਲ ਵੀ ਇਸ ਦੀ ਸ਼ਿਕਾਇਤ ਦਿੱਤੀ ਹੈ ਅਤੇ ਮਾਮਲੇ ਦੇ ਵਿੱਚ ਇਨਸਾਫ਼ ਦੀ ਗੁਹਾਰ ਲਗਾਈ ਹੈ। ਰਾਤੀ ਭਾਅ ਜੀ ਪਰਸੋਂ ਰਾਤ ਨੂੰ ਨਾ 1:20 ਅਤੇ 20 ਮਿੰਟ ਦਾ ਟਾਈਮ ਸੀਗਾ ਅਤੇ ਗੱਡੀ ਵਾਲਾ ਆਇਆ, ਕਾਲੀ ਗੱਡੀ ਸੀਗੀ, ਗੱਡੀ ਵੱਡੀ ਸੀਗੀ ਅਤੇ ਠੋ ਕੇ ਚਲ ਗਿਆ ਅਤੇ ਉੱਤੋਂ ਦੀ ਐਡਾ ਬੇਸ਼ਰਮ ਬੰਦਾ ਵੀ ਗੱਡੀ ਉੱਤੋਂ ਦੀ ਲੰਘਾ ਗਿਆ ਵਾ, ਇਹਨਾਂ ਨੇ ਵੀ ਬੰਦਾ ਬ੍ਰੇਕ ਲਾ ਲਏ, ਬ੍ਰੇਕ ਨੂੰ ਹੀ ਲਾਈ, ਸਿਰ ਦੇ ਉੱਤੋਂ ਦੀ ਦੋਨੋਂ ਟਾਇਰ ਲੰਘਾ ਤੇ ਭਾਅ ਜੀ ਉਹਨੇ ਅਤੇ ਬੰਦਾ ਇਸ ਟਾਈਮ ਅਮਰਜੀਤ ਹਸਪਤਾਲ ਦੇ ਵਿੱਚ ਦਾਖਲ, ਅਮਨਦੀਪ ਹਸਪਤਾਲ ਦੇ ਵਿੱਚ ਦਾਖਲ ਆ। ਸਾਡੇ ਕੋਲ ਵੇਲੋ ਗੱਲ ਵੀ ਨਹੀਂ ਹੋਣ ਡਈ ਅਤੇ ਬੰਦਾ ਬਿਲਕੁਲ ਮਤਲਬ ਕਿ ਬੇਹੋਸ਼ੀ ਦੀ ਹਾਲਤ ਵਿੱਚ ਆ, ਐਮੂਲੇਟਰ 'ਤੇ ਪਿਆ ਹੋਇਆ ਵਾ। ਕਿੱਥੋਂ ਰਹੇ ਸੀ ਤਾਂ ਕਿੰਨੇ ਵਜੇ ਦਾ ਟਾਈਮ? ਸਰ ਉਹ ਸ਼ਹੀਦਾਂ ਸਾਹਿਬ ਰੋਜ਼ ਡੇਲੀ ਜਾਂਦੇ ਆ, ਸੇਵਾ ਕਰਦੇ ਉੱਥੇ ਅਤੇ ਉਹਨਾਂ ਦੀ ਡਿਊਟੀ ਹੈਗੀ ਉੱਥੇ, ਪੱਕੀ ਡਿਊਟੀ, ਰੋਜ਼ ਸੇਵਾ ਕਰਦੇ ਆ, ਉਹ ਸਾਰਾ ਉੱਥੇ ਸੰਭਾਲ ਦੇਖਭਾਲ ਕਰਦੇ ਆ ਅਤੇ ਬਾਅਦ ਲਾਸਟ 'ਤੇ 1 ਵਜੇ ਉੱਥੋਂ ਆਉਂਦੇ ਆ ਅਤੇ ਰਾਤੀ ਥੋੜ੍ਹਾ ਮਤਲਬ ਕਿ 10-15 ਮਿੰਟ ਵੱਧ ਲੱਗ ਗਏ ਉਹਨਾਂ ਨੂੰ ਅਤੇ ਆਉਂਦੇ ਪਏ ਸੀ ਸ਼ਹੀਦਾਂ ਸਾਹਿਬ ਤੋਂ ਤਾਂ ਇੱਥੋਂ ਗੱਡੀ ਬੰਦੇ ਨੇ ਠੋਕੀ ਹੈ, ਹਿਸਾਬ ਲਾ ਲਓ ਵੀ 20 ਗਜ਼ ਦੂਰ ਜਾ ਕੇ ਬੰਦੇ ਨੂੰ ਉਹਨੇ ਸੁੱਟਿਆ ਵਾ, ਸੁੱਟਣ ਤੋਂ ਬਾਅਦ ਉੱਤੋਂ ਦੀ ਗੱਡੀ ਉਹਨੇ ਲੰਘਾ ਦਿੱਤੀ, ਜੋ ਸਿਰ ਦੇ ਉੱਤੋਂ ਦੀ ਦੋਨੋਂ ਟਾਇਰ ਲੰਘਾ ਦਿੱਤੇ, ਜੋ ਐਡੀ ਇਨਸਾਨੀਅਤ ਮਰੀ ਹੋਈ ਬੰਦਿਆਂ ਦੀ। ਡਾਕਟਰਾਂ ਦੇ ਵੱਲੋਂ ਕੀ ਕਿਹਾ ਗਿਆ ਜੀ? ਹੁਣ ਡਾਕਟਰ ਕਹਿੰਦੇ ਵੀ ਪੈਸੇ ਲੱਗਣਗੇ, ਮਤਲਬ ਕਿ ਮੂੰਹ ਦੇ ਹੁਣ ਵੇਖੋ ਕਾਫੀ ਮਤਲਬ ਕਿ ਹੱਡੀਆਂ ਵਗੈਰਾ ਕਾਫੀ ਟੁੱਟ ਗਈਆਂ ਵਾ। ਪੁਲਿਸ ਕੋਲ ਗਏ ਭਾਅ ਜੀ, ਕੱਲ੍ਹ ਵੀ ਗਏ ਹਾਂ, ਉਹਨਾਂ ਸਵੇਰ ਦਾ ਟਾਈਮ ਦਿੱਤਾ, ਸਵੇਰੇ ਵੀ ਗਏ ਹਾਂ, ਮੁੜ ਕੇ ਉਹਨਾਂ ਸ਼ਾਮ ਦਾ ਟਾਈਮ ਦਿੱਤਾ ਵਾ, ਸ਼ਾਮੀ ਵੀ ਗਏ ਹਾਂ ਅਤੇ ਹਾਲੇ ਤੱਕ ਕੋਈ ਵੀ ਪੁਲਿਸ ਵਾਲਾ ਉਹਨਾਂ ਭੇਜਿਆ ਨਹੀਂ ਆ ਵੀ ਜਾ ਕੇ ਬੰਦਾ ਕੋਈ ਇੱਕ ਅੱਧਾ ਕੈਮਰਾ ਵੀ ਚੈੱਕ ਕਰ ਲਏ, ਇੰਨੀ ਵੀ ਮਤਲਬ ਕਿ ਹਿੰਮਤ ਨਹੀਂ ਕਰਨ ਡਏ। ਕਿੰਨੇ ਕੁ ਚੱਕਰ ਮਾਰੇ ਗਏ ਨੇ ਸਵੇਰ ਦੇ ਜੀ ਥਾਣੇ ਭਾਅ ਜੀ? ਸਵੇਰ ਦੇ ਅਸੀਂ 3 ਵਾਰੀ ਹੋ ਆਏ ਹਾਂ, ਕੱਲ੍ਹ ਵੀ ਗਏ ਹਾਂ, ਕੱਲ੍ਹ ਉਹਨਾਂ ਸਾਨੂੰ ਅੱਜ ਦਾ ਟਾਈਮ ਦਿੱਤਾ ਸਵੇਰ ਦਾ, ਸਵੇਰ ਤੋਂ ਬਾਅਦ ਉਹਨਾਂ ਸਾਨੂੰ ਸ਼ਾਮ ਦਾ ਟਾਈਮ ਦਿੱਤਾ, 4 ਤੋਂ 5, 5 ਤੋਂ 6, 7 ਵਜੇ ਗਿਆ ਵਾ ਅਤੇ ਹਾਲੇ ਵੇਖ ਲਓ ਟਾਈਮ, ਤੁਸੀਂ ਆਮ ਵੇਖੋ ਕਿੰਨਾ।